ਤੰਤਰ ਦਿਵਸ ਨੂੰ ਲੈ ਕੇ ਭਾਰਤ ਪਾਕਿਸਤਾਨ ਕੁਮਾਂਤਰੀ ਸਰਦੀ ਜ਼ੀਰੋ ਲਾਈਨ ਤੇ ਜਿਹੜਾ ਅੱਜ ਮਠਾਈਆਂ ਦਾ ਅਰਦਾਨ ਪ੍ਰਦਾਨ ਕੀਤਾ ਗਿਆ ਸੰਘਣੀ ਧੁੰਦ ਦੇ ਅੰਦਰ ਬੀਐਸਐਫ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰਾਂ ਨੂੰ ਜਿਹੜੀਆਂ ਮਠਾਈਆਂ ਦਿੱਤੀਆਂ ਗਈਆਂ ਤੇ ਆਪਣੀ ਖੁਸ਼ੀਆਂ ਦੇ ਅੰਦਰ ਸ਼ਾਮਲ ਕੀਤਾ ਗਿਆ ਇਸ ਦੌਰਾਨ ਜਿਹੜੀ ਇਹ ਕੁਮਾਂਤਰੀ ਸਰਦੀ ਜ਼ੀਰੋ ਲਾਈਨ ਤੇ ਝੰਡਾ ਲਹਿਰਾਉਣ ਦੀ ਰਸਮ ਬੀਐਸਐਫ ਦੀ 55 ਬਟਾਲੀਅਨ ਦੇ ਸੀਓ ਕੇ ਅੰਤਰਪਾਠੀ ਵੱਲੋਂ ਕੀਤੀ ਗਈ ਅਤੇ ਉਹਨਾਂ ਵੱਲੋਂ ਜਿਹੜੀ ਇਹ ਜਵਾਨਾਂ ਨੂੰ ਇਸ ਮੌਕੇ ਜਿਹੜੀ ਵਧਾਈ ਦਿੱਤੀ ਗਈ ਜਿਹੜਾ ਕਹਿ ਸਕਦੇ ਆ ਕਿ ਹਰ ਸਾਲ ਜਿਹੜਾ ਖੁਸ਼ੀਆਂ ਦੇ ਮੌਕੇ ਦੇ ਉੱਤੇ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਅੰਦਰ ਮਠਾਈਆਂ ਦਾ ਅਰਦਾਨ ਪ੍ਰਦਾਨ ਕੀਤਾ ਜਾਂਦਾ ਹੈ ਤੇ ਦੋਨੋਂ ਦੇਸ਼ਾਂ ਦੇ ਅਧਿਕਾਰੀ ਜ਼ੀਰੋ ਲਾਈਨ ਤੇ ਪਹੁੰਚ ਕੇ ਮਠਾਈਆਂ ਦਾ ਅਰਦਾਨ ਪ੍ਰਦਾਨ ਕਰਦੇ ਨੇ ਤੇ ਇੱਕ ਦੂਸਰੇ ਦੀ ਖੁਸ਼ੀਆਂ ਦੇ ਅੰਦਰ ਸ਼ਾਮਲ ਹੁੰਦੇ ਨੇ ਤੇ ਇੱਕ ਦੂਸਰੇ ਨੂੰ ਜਿਹੜਾ ਵਧਾਈਆਂ ਦਿੰਦੇ ਨੇ ਅੱਜ ਦੇ ਦਿਨ ਵੀ ਜਿਹੜੀ ਇਹ ਇਹ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਿਆ ਨੇ ਜਿੱਥੇ ਫਾਜ਼ਿਲਕਾ ਦੀ ਸਾਦਗੀ ਚੌਕੀ ਦੇ ਉੱਪਰ ਜਿਹੜੀਆਂ ਇਹ ਮਠਾਈਆਂ ਦਾ ਅਰਦਾਨ ਪ੍ਰਦਾਨ ਕੀਤਾ ਗਿਆ 55 ਬਟਾਲੀਅਨ ਦੇ ਅਧਿਕਾਰੀਆਂ ਵੱਲੋਂ ਜਿਹੜੀ ਇਹ ਪਾਕਿਸਤਾਨ ਰੇਂਜਰ

देश की सुरक्षा के प्रति अपने कमिटमेंट दुश्मन के प्रति अपनी निगरानी को और भी ज्यादा चौकस रखने का प्रण लिया इस अवसर पर बॉर्डर की जो बॉर्डर सिक्योरिटी फोर्स की परंपरा है उसके मुताबिक हमने अपने जवानों के साथ साथ काउंटर पार्ट के जो रेंजर्स हैं उनके ट्रुप्स उनके कमांडर्स को भी इस शुभ अवसर पर शुभकामना दी और उनसे मिठाइयों का आदान प्रदान किया गया परेशानियां चाहे जितनी भी हों मौसम चाहे जितना भी बुरा बर्ताव करे देश की सुरक्षा में लगे हुए सीमा सुरक्षा बल उसके सारे जवान सारे कमांडर उन्हें प्रण प्राण से साथ राष्ट्रीय सुरक्षा में लगे हुए हैं खराब मौसम हमारे जोश को और ज्यादा उत्साहित करता है देश के पचहत्तरवें गणतंत्र दिवस पर विपरीत मौसम के बावजूद भी हम राष्ट्र की सीमाओं की सुरक्षा के लिए प्रतिबद्ध हैं